ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਹੁਣ ਦਾ ਵਿਸ਼ਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਰਤ ਦਾ ਸੰਕਲਪ ਹੈ। ਸਿੱਖ ਫਿਲੋਸਫੀ ਇਹ ਮੰਨਦੀ ਹੈ ਕਿ ਮਨੁੱਖੀ ਜੀਵਨ ਵਿੱਚ ਖੁਸ਼ਹਾਲੀ ਲਿਆਉਣ ਲਈ, ਉਸਦੀ ਆਰਥਿਕ ਹਾਲਤ ਵਿੱਚ ਖੁਸ਼ਹਾਲੀ ਲਿਆਉਣਾ ਜ਼ਰੂਰੀ ਹੈ, ਅਤੇ ਇਹ ਕੋਈ ਸੰਯੋਗ ਨਹੀਂ ਕਿ ਗੁਰੂ ਨਾਨਕ ਵੱਲੋਂ ਦਿੱਤੇ ਗਏ ਜਿਹੜੇ ਤਿੰਨ ਸਿਧਾਂਤ ਨੇ, ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ, ਉਹਨਾਂ ਵਿੱਚ ਦੋ ਸਿਧਾਂਤ ਜਿਹੜੇ ਨੇ ਉਹ ਇਕਨੋਮਿਕਸ ਨਾਲ ਜੁੜੇ ਹੋਏ ਨੇ। ਔਰ ਕਾਰਲ ਮਾਰਕਸ ਨੇ ਧਰਮ ਨੂੰ ਵਿਕਾਸ ਦਾ ਰੋੜਾ ਕਿਹਾ, ਪਰ ਗੁਰੂ ਨਾਨਕ ਨੇ ਧਰਮ ਨੂੰ ਗੁਰੂ ਨਾਨਕ ਦੇ ਧਰਮ ਨੇ ਕਿਰਤ ਨੂੰ, ਜਿਹੜਾ ਵਿਕਾਸ ਨੂੰ, ਇਕਨੋਮਿਕਸ ਨੂੰ ਪਹਿਲ ਦਿੱਤੀ ਹੈ, ਕਿਰਤ ਨੂੰ ਨਾਮ ਜਪਣ ਤੋਂ ਪਹਿਲ ਦਿੱਤੀ ਹੈ। ਇਹ ਗੱਲ ਸਾਨੂੰ ਬੜੀ ਸਮਝ ਨਹੀਂ ਪਏਗੀ। ਉੱਦਮ ਕਰੇਂਦਿਆਂ ਜੀਓ ਤੂੰ ਕਮਾਉਂਦਿਆਂ ਸੁੱਖ ਬੀਜ, ਔਰ ਇਸ ਗੱਲ ਦੀ ਪ੍ਰੋੜਤਾ ਕਰਦੀ ਹੈ ਇਹ ਜਿਹੜੀ ਗੁਰਬਾਣੀ ਦੀ ਲਾਈਨ ਹੈ ਕਿ ਹਰ ਮਨੁੱਖ ਨੂੰ ਜਿਹੜਾ ਹੈ ਕਿਰਤੀ ਹੋਣਾ ਲਾਜ਼ਮੀ ਹੈ। ਗੁਰੂ ਗ੍ਰੰਥ ਸਾਹਿਬ ਦਾ ਇਹ ਸਿਧਾਂਤ ਸਮਾਜ ਵਿੱਚ ਰਹਿ ਕੇ ਜੀਵਨ ਦੇ ਰੋਜ਼ਾਨਾ ਕੰਮਕਾਰ ਕਰ ਰਹੇ ਕਿਰਤੀ ਲੋਕਾਂ ਦਾ ਧਰਮ ਬਣ ਗਿਆ। ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਮਹਾਂਪੁਰਖਾਂ ਦੀ ਬਾਣੀ ਹੈ ਉਹ ਸਾਰੇ ਦੇ ਸਾਰੇ ਕਿਰਤੀ ਸੀ, ਪੰਜ ਪਿਆਰੇ ਵੀ ਕਿਰਤੀ ਸੀ। ਸਿੱਖ ਧਰਮ ਦੇ ਵਿੱਚ ਜੋ ਕਿਰਤ ਨਹੀਂ ਕਰਦਾ ਉਹ ਪ੍ਰਵਾਨ ਨਹੀਂ ਹੈ, ਇਸ ਗੱਲ ਨੂੰ ਸਾਨੂੰ ਸਮਝਣਾ ਪਏਗਾ। ਔਰ ਕਿਰਤ ਕਰਨੀ ਕਿਸ ਲਈ ਹੈ? ਕਿਰਤ ਕਰਨੀ ਹੈ ਫਾਰ ਦਾ ਬੈਟਰਮੈਂਟ ਆਫ ਸੈਲਫ, ਫਾਰ ਦਾ ਬੈਟਰਮੈਂਟ ਆਫ ਯੂਅਰ ਫੈਮਿਲੀ, ਫਾਰ ਦਾ ਬੈਟਰਮੈਂਟ ਆਫ ਸੁਸਾਇਟੀ ਐਂਡ ਫਾਰ ਦਾ ਬੈਟਰਮੈਂਟ ਆਫ ਦਾ ਕੰਟਰੀ। ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਕਿਰਤ ਦੇ ਸੰਕਲਪ ਦੀ ਗੱਲ ਉਹ ਅਸੀਂ ਅੱਜ ਹੁਣ ਕਰਨ ਜਾ ਰਹੇ ਹਾਂ। ਔਰ ਇਹ ਵਿਸ਼ਾ ਡਾਕਟਰ ਜਸਪਾਲ ਸਿੰਘ ਜੀ, ਜਿਹੜੇ ਗੁਰਮਤ ਕਾਲਜ, ਜਿਹੜਾ ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਬੜੀ ਸ਼ਾਨਦਾਰ ਸੰਸਥਾ ਹੈ, ਔਰ ਇਹ ਗੁਰਮਤ ਕਾਲਜ ਵੀ ਜਦੋਂ ਡਾਕਟਰ ਸਾਹਿਬ ਦਿੱਲੀ ਤੋਂ ਹੀ ਬਿਲੋਂਗ ਕਰਦੇ ਨੇ, ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਜਨਰਲ ਸੈਕਟਰੀ ਦੀ ਸੇਵਾ ਕਰਦੇ ਰਹੇ। ਔਰ ਇਹ ਗੁਰਮਤ ਕਾਲਜ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਸ਼ੁਰੂ ਕੀਤਾ, ਇਹ ਡਾਕਟਰ ਜਸਪਾਲ ਸਿੰਘ ਜੀ ਨੇ ਵੀ ਨਹੀਂ ਸ਼ੁਰੂ ਕੀਤਾ ਸੀ, ਮੇਰਾ ਖਿਆਲ 1992 ਵਿੱਚ। ਔਰ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਨਾਲ ਰਿਲੇਟ ਕੀਤਾ, ਉਹ ਵੀ ਇਹਨਾਂ ਨੇ ਕੀਤਾ ਸੀ। ਡਾਕਟਰ ਜਸਪਾਲ ਸਿੰਘ ਜੀ ਪਹਿਲੇ, ਮੈਂ ਸਮਝ ਸਕਦਾ ਕਿ ਪੂਰਨ ਗੁਰਸਿੱਖ ਰੂਪ ਜਿਹੜਾ ਦਿੱਖ ਹੈ ਉਹ ਭਾਰਤ ਸਰਕਾਰ ਦੇ ਸਫੀਰ ਬਣ ਕੇ, ਅੰਬੈਸਡਰ ਬਣ ਕੇ ਅਫਰੀਕਾ ਦੇ ਵਿੱਚ ਮੁਜ਼ਾਂਬਿਕ ਵਿੱਚ ਰਹੇ ਨੇ। ਲਗਭਗ 5 ਸਾਲ ਇਹ ਅੰਬੈਸਡਰ ਰਹੇ, ਉਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲਦੇ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਦੇ ਇਹ ਡਾਕਟਰ ਸਾਹਿਬ ਪ੍ਰਿੰਸੀਪਲ ਰਹੇ। ਔਰ ਮੈਂ ਯਕੀਨ ਨਾਲ ਕਹਿ ਸਕਦਾ ਕਿ ਅੱਜ ਦਿੱਲੀ ਦੇ ਵਿੱਚ ਕਾਮਰਸ ਦੇ ਵਿੱਚ, ਦਿੱਲੀ ਜਿਹੜਾ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਹੈ ਉਹਦਾ ਇੱਕ ਮੁਕਾਮ ਹੈ। ਭਾਵੇਂ ਇਹ ਕਾਲਜ ਜਿਹੜਾ ਇਹ ਆਊਟ ਆਫ ਯੂਨੀਵਰਸਿਟੀ ਕੈਂਪਸ ਹੈ, ਸ਼ਾਇਦ ਇਸ ਕਰਕੇ ਜ਼ਿਆਦਾ ਲੋਕਾਂ ਦੇ ਚਰਚਾ ਦਾ ਵਿਸ਼ਾ ਨਹੀਂ ਹੈ, ਪਰ ਇਹ ਸ਼੍ਰੀ ਰਾਮ ਕਾਲਜ ਆਫ ਕਾਮਰਸ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਫੈਕਲਟੀ ਵਾਈਜ਼ ਔਰ ਇਨਫਰਾਸਟਰਕਚਰ ਵਾਈਜ਼ ਇਹ ਉਸ ਤੋਂ ਬਹੁਤ ਅੱਗੇ ਹੈ, ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ। ਔਰ ਉਸਦਾ ਜਿਹੜਾ ਪੂਰਾ ਸਟਰਕਚਰ ਹੈ ਕਾਲਜ ਦਾ, ਉਹ ਸਾਰਾ ਡਾਕਟਰ ਸਾਹਿਬ ਨੇ ਆਪ ਆਪਣੇ ਸਾਹਮਣੇ ਬਣਵਾਇਆ। ਔਰ ਇੱਕ ਗੱਲ ਮੈਂ ਕਹਿ ਕੇ ਖਤਮ ਕਰਾਂਗਾ ਕਿ ਜਿਹੜੀ ਗੁਰਦੁਆਰੇ ਦੀ ਜਿਹੜਾ ਮੈਂ ਸਮਝਦਾ ਕਿ ਆਰਕੀਟੈਕਚਰ ਹੈ, ਉਸਦੀ ਜਿੰਨੀ ਸਮਝ ਹੈ ਡਾਕਟਰ ਸਾਹਿਬ ਨੂੰ, ਤਾਂ ਜੇ ਤੁਸੀਂ ਦੇਖਣਾ ਆਰਕੀਟੈਕਚਰ ਕਿਸੇ ਗੁਰਦੁਆਰੇ ਦਾ ਕਿਹੋ ਜਿਹਾ ਆਉਣਾ ਚਾਹੀਦਾ, ਤਾਂ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਵਿੱਚ ਜਿਹੜਾ ਗੁਰਦੁਆਰਾ ਹੈ, ਮੈਂ ਤੁਹਾਨੂੰ ਸਲਾਹ ਦਿਆਂਗਾ ਕਿ ਕਦੀ ਤੁਹਾਨੂੰ ਮੌਕਾ ਮਿਲੇ ਉਸ ਗੁਰਦੁਆਰਾ ਸਾਹਿਬ ਨੂੰ ਜ਼ਰਾ ਜਾ ਕੇ ਦੇਖਣਾ, ਐਂਡ ਯੂ ਵਿਲ ਫੀਲ ਇਟ ਕਿ ਗੁਰਦੁਆਰਾ ਦਾ ਆਰਕੀਟੈਕਚਰ ਕਿਹੋ ਜਿਹਾ ਆਉਣਾ ਚਾਹੀਦਾ। ਬੜੇ ਵਿਦਵਾਨ ਨੇ ਡਾਕਟਰ ਸਾਹਿਬ, ਔਰ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਦੇ ਪ੍ਰਿੰਸੀਪਲ ਬਣਨ ਤੋਂ ਬਾਅਦ, ਫਿਰ ਇਹ ਪਿਛਲੇ ਲਗਭਗ 7 ਸਾਲਾਂ ਤੋਂ ਇਹ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ। ਔਰ ਐਜ਼ ਏ ਵਾਈਸ ਚਾਂਸਲਰ ਜੋ ਇਹਨਾਂ ਨੇ ਪੂਰੇ ਵਰਲਡ ਦੇ ਵਿੱਚ ਆਪਣੀ ਗੱਲ ਕੀਤੀ ਹੈ, ਖਾਸ ਕਰਕੇ ਪੰਜਾਬੀ ਲੈਂਗੁਏਜ ਔਰ ਰਿਲੀਜੀਅਸ ਡਿਪਾਰਟਮੈਂਟ, ਇਹਨਾਂ ਦੋ ਚੀਜ਼ਾਂ ਦੇ ਵਿੱਚ ਡਾਕਟਰ ਸਾਹਿਬ ਨੇ ਬਹੁਤ ਕੰਮ ਕੀਤਾ। ਔਰ ਇੱਕ ਜਾ ਕੇ ਐਸੀ ਪਿਰਤ ਪਾ ਦਿੱਤੀ ਪਟਿਆਲੇ ਵਿੱਚ, ਹਰ ਸਾਲ ਇਹ ਇੱਕ
ਪੰਜਾਬੀ ਕਾਨਫਰੰਸ ਕਰਦੇ ਨੇ ਜਿਸ ਦੇ ਵਿੱਚ ਪੂਰੇ ਇੰਡੀਆ ਦੇ ਜਿਹੜੇ ਨੇ ਲੋਕ ਉਹ ਪੰਜਾਬੀ ਦੀ ਪ੍ਰਮੋਸ਼ਨ ਲਈ ਉੱਥੇ ਆਉਂਦੇ ਨੇ। ਮੈਂ ਅਕਸਰ ਦੋ ਤਿੰਨ ਵਾਰ ਦੇਖਿਆ ਰਾਜਸਥਾਨ ਦੇ ਰਾਜਸਥਾਨੀਆਂ ਪੱਗੜੀਆਂ ਬਣੀਆਂ ਹੁੰਦੀਆਂ ਨੇ ਹਰਿਆਣਾ ਤੋਂ ਉੜੀਸਾ ਤੋਂ ਉੱਥੋਂ ਲੋਕ ਆਉਂਦੇ ਨੇ ਔਰ ਜਦੋਂ ਪੰਜਾਬੀ ਬੋਲਦੇ ਨੇ ਉੱਥੋਂ ਦੇ ਲੋਕ ਉਸ ਕਲਚਰ ਦੇ ਲੋਕ ਪੰਜਾਬੀ ਬੋਲਦੇ ਨੇ ਤਾਂ ਸੱਚੀ ਦੱਸਾਂ ਬਈ ਦਿਲ ਗਦਗਦ ਹੋ ਜਾਂਦਾ ਔਰ ਸਰਕਾਰੀ ਲੈਵਲ 'ਤੇ ਵੀ ਪੰਜਾਬ ਦੇ ਵਿੱਚ ਜਦੋਂ ਇਹ ਪੰਜਾਬੀ ਲੈਂਗੁਏਜ ਦਫ਼ਤਰਾਂ ਵਿੱਚ ਹੀ ਲਾਗੂ ਹੋਈ ਹੈ ਤਾਂ ਉਹਦੇ ਵਿੱਚ ਵੀ ਡਾਕਟਰ ਜਸਪਾਲ ਸਿੰਘ ਜੀ ਦਾ ਬਹੁਤ ਬਹੁਤ ਵੱਡਾ ਯੋਗਦਾਨ ਹੈ। ਤਾਂ ਮੈਂ ਡਾਕਟਰ ਜਸਪਾਲ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਅੱਜ ਦੇ ਵਿਸ਼ੇ 'ਤੇ ਗੱਲ ਕਰਾਂ। ਆਓ ਜੀ ਸਰ। ਸਭ ਤੋਂ ਪਹਿਲਾਂ ਮੈਂ ਕਿਰਤ ਹਰਿੰਦਰਪਾਲ ਸਿੰਘ ਹੋਰਾਂ ਦਾ ਔਰ ਉਹਨਾਂ ਦੇ ਸਾਰੇ ਸਾਥੀਆਂ ਦਾ ਧੰਨਵਾਦੀ ਹਾਂ ਔਰ ਉਹਨਾਂ ਨੂੰ ਇਸ ਗੱਲ ਦੀ ਮੁਬਾਰਕ ਦਿੰਦਾ ਕਿ ਇਹ ਜਿਹੜਾ ਗੁਰਮਤ ਕਾਲਜ ਦਾ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਦਾ ਕੋਰਸ ਹੈ ਉਹ ਬਾਖੂਬੀ ਜਿਸ ਤਰ੍ਹਾਂ ਦੱਸਿਆ ਗਿਆ ਹੈ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਔਰ ਅੱਜ ਇਹਨਾਂ ਨੇ ਇਹ ਵੀ ਦੱਸਿਆ ਕਿ ਸ਼ਾਇਦ 9000 ਵਿਦਿਆਰਥੀ ਇਹ ਕੋਰਸ ਕਰ ਚੁੱਕਾ ਹੈ। ਇਹ ਬਹੁਤ ਮੁਬਾਰਕ ਗੱਲ ਹੈ। ਇਸ ਦੀ ਜਿੰਨੀ ਤਾਰੀਫ ਕੀਤੀ ਜਾਵੇ ਉਹ ਘੱਟ ਹੈ। ਮੈਂ ਹੁਣੇ ਕਹਿ ਵੀ ਰਿਹਾ ਸੀ ਜਦੋਂ ਟੀ ਵੀ ਵਾਲੇ ਰਿਕਾਰਡ ਕਰ ਰਹੇ ਸੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੱਥਾ ਟੇਕਦੇ ਹਾਂ, ਸ਼ਰਧਾ ਰੱਖਦੇ ਹਾਂ, ਉਹਦਾ ਸਤਿਕਾਰ ਕਰਦੇ ਹਾਂ, ਉਹਦੀ ਸੇਵਾ ਕਰਦੇ ਹਾਂ, ਪਰ ਉਹਦੇ ਨਾਲ ਸਾਡੀ ਜਾਣ ਪਛਾਣ ਕੋਈ ਨਹੀਂ ਸੀ, ਉਸਦੇ ਨਾਲ ਸਾਡਾ ਰਾਬਤਾ ਕੋਈ ਨਹੀਂ ਸੀ, ਉਹਦੇ ਨਾਲ ਸਾਡਾ ਡਾਇਲੋਗ ਨਹੀਂ ਸੀਗਾ। ਤਾਂ ਇਸ ਕੋਰਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸਨੇ ਸਾਡਾ ਰਾਬਤਾ, ਸਾਡੇ ਬੱਚਿਆਂ ਦਾ ਰਾਬਤਾ, ਸਾਡਾ ਡਾਇਲੋਗ, ਸਾਡੀ ਜਾਣ ਪਛਾਣ ਗੁਰੂ ਗ੍ਰੰਥ ਸਾਹਿਬ ਨਾਲ ਹੋਈ ਹੈ ਇਸ ਕੋਰਸ ਦੇ ਥਰੂ। ਤਾਂ ਮੈਂ ਉਸ ਹਵਾਲੇ ਨਾਲ ਬਹੁਤੀ ਗੱਲ ਨਾ ਕਰਦਾ ਹੋਇਆ ਜਿਸ ਵਿਸ਼ੇ 'ਤੇ ਮੈਂ ਗੱਲ ਕਰਨੀ ਹੈ ਉਸ 'ਤੇ ਆਉਣਾ ਚਾਹਾਂਗਾ। ਵਿਸ਼ਾ ਬਹੁਤ ਇੰਪੋਰਟੈਂਟ ਹੈ, ਕਿਰਤ ਦੀ ਗੱਲ ਕਰਨੀ ਹੈ ਔਰ ਮੈਂ ਸਭ ਤੋਂ ਪਹਿਲਾਂ ਬਿਨਾਂ ਹੋਰ ਸਮਾਂ ਲਿਆ ਹੋਇਆ ਸੋਸ਼ਲ ਸਾਇੰਸਿਸ ਦੇ ਨਜ਼ਰੀਏ ਤੋਂ ਔਰ ਪੋਲੀਟੀਕਲ ਸਾਇੰਸ ਦਾ ਵਿਦਿਆਰਥੀ ਹੋਣ ਦੇ ਨਾਤੇ ਉਸ ਨਜ਼ਰੀਏ ਤੋਂ ਥੋੜ੍ਹੀ ਜਿਹੀ ਗੱਲ ਕਿਰਤ ਬਾਰੇ ਸਭ ਤੋਂ ਪਹਿਲਾਂ ਕਰਨੀ ਚਾਹਾਂਗਾ। ਪਹਿਲੀ ਗੱਲ ਇਹ ਹੈ ਕਿ ਕਿਰਤ ਦੀ ਅਹਿਮੀਅਤ ਨੂੰ ਸਮਝਣ ਦੀ ਲੋੜ ਹੈ। ਬਹੁਤ ਜ਼ਰੂਰੀ ਹੈ ਕਿ ਅਸੀਂ ਕਿਰਤ ਦੇ ਸੰਕਲਪ ਦੀ, ਕਿਰਤ ਦੀ ਅਹਿਮੀਅਤ ਨੂੰ ਸਮਝੀਏ ਔਰ ਇਤਿਹਾਸਿਕ ਦ੍ਰਿਸ਼ਟੀ ਤੋਂ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਕਿਰਤ ਦੀ ਭੂਮਿਕਾ ਕੀ ਹੈ। ਹਿਸਟੋਰੀਕਲ ਪਰਸਪੈਕਟਿਵ ਵਿੱਚ ਇਹ ਸਮਝੀਏ ਕਿ ਕਿਰਤ ਦੀ ਕੀ ਭੂਮਿਕਾ ਹੈ। ਮੇਰੀ ਮਾਨਤਾ ਹੈ ਸਿੱਧੇ ਤੌਰ 'ਤੇ ਕਿ ਹੁਣ ਤੱਕ ਜਿੰਨੀ ਵੀ ਤਰੱਕੀ ਹੋਈ ਹੈ, ਜਿੰਨੀ ਵੀ ਪ੍ਰੋਗਰੈਸ ਹੋਈ ਹੈ, ਜਿੰਨਾ ਵੀ ਡਿਵੈਲਪਮੈਂਟ ਹੋਇਆ, ਉਸ ਦਾ ਬੁਨਿਆਦੀ ਆਧਾਰ ਜਿਹੜਾ ਹੈ ਉਹ ਕਿਰਤ ਹੈ। ਕਿਰਤ ਤੋਂ ਬਗੈਰ ਡਿਵੈਲਪਮੈਂਟ, ਵਿਕਾਸ ਇਹ ਸੰਭਵ ਨਹੀਂ ਸੀ ਔਰ ਹੁਣ ਤੱਕ ਦਾ ਜਿੰਨਾ ਵਿਕਾਸ ਹੈ ਉਹ ਸਾਰਾ ਦਾ ਸਾਰਾ, ਉਸਦਾ ਕ੍ਰੈਡਿਟ ਜਿਹੜਾ ਹੈ ਉਹ ਕਿਰਤ ਨੂੰ ਜਾਂਦਾ ਹੈ। ਸਾਰਾ ਸਿਹਰਾ ਜਿਹੜਾ ਹੈ ਉਹ ਕਿਰਤ ਨੂੰ ਦਿੱਤਾ ਜਾ ਸਕਦਾ। ਛੋਟੀਆਂ ਛੋਟੀਆਂ ਗੱਲਾਂ ਨੇ, ਸ਼ਾਇਦ ਉਸ ਈਡੀਅਮ ਨਾਲ ਤੁਹਾਨੂੰ ਜ਼ਿਆਦਾ ਚੰਗੀ ਤਰ੍ਹਾਂ ਗੱਲ ਤੁਹਾਡੇ ਤੱਕ ਮੇਰੀ ਕਨਵੇ ਹੋ ਸਕੇ। ਆਦਮੀ ਪੈਦਲ ਤੁਰਦਾ ਸੀ, ਨੰਗੇ ਪੈਰੀਂ ਤੁਰਦਾ ਸੀ, ਅੱਜ ਹਵਾ ਵਿੱਚ ਉੱਡ ਰਿਹਾ, ਇਹ ਸੰਭਵ ਕਿਰਤ ਨੇ ਕੀਤਾ। ਆਦਮੀ ਪੈਦਲ ਤੁਰਦਾ ਸੀ, ਫਿਰ ਉਸਨੂੰ ਸਾਈਕਲ ਨਸੀਬ ਹੋਈ, ਫਿਰ ਕੁਝ ਹੋਰ ਨਸੀਬ ਹੋਇਆ, ਫਿਰ ਹਵਾਈ ਜਹਾਜ਼ 'ਚ ਬੈਠਣਾ ਸ਼ੁਰੂ ਹੋ ਗਿਆ ਔਰ ਉੜ ਕੇ ਇੱਕ ਥਾਂ ਤੋਂ ਦੂਸਰੀ ਥਾਂ ਪਹੁੰਚਦਾ। ਇਸ ਦਾ ਸਿਹਰਾ ਕਿਰਤ ਨੂੰ ਜਾਂਦਾ, ਇਹ ਕਿਰਤ ਕਰਕੇ ਸੰਭਵ ਹੋਇਆ। ਆਦਮੀ ਹਾਕਾਂ ਮਾਰਦਾ ਸੀ, ਆਵਾਜ਼ ਮਾਰਦਾ ਸੀ ਕਿਸੇ ਨੂੰ ਕੋਈ ਗੱਲ ਕਹਿਣ ਵਾਸਤੇ, ਕਿਸੇ ਨੂੰ ਸੁਨੇਹਾ ਦੇਣ ਵਾਸਤੇ। ਅੱਜ ਮੋਬਾਈਲ ਫੋਨ 'ਤੇ ਚੈਟਿੰਗ ਕਰਦਾ, ਸੱਚ ਜਾਣੋ ਇਹ ਕਿਰਤ ਦਾ ਨਤੀਜਾ ਹੈ, ਕਿਰਤ ਕਰਕੇ ਸੰਭਵ ਹੋਇਆ। ਬੜੇ ਧਿਆਨ ਨਾਲ ਇਸ ਗੱਲ ਨੂੰ ਇਹ ਦੇਖਣਾ ਕਿ ਕਿਹੜੀਆਂ ਸਟੇਜਿਸ ਵਿੱਚੋਂ ਕੋਈ ਚੀਜ਼ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੈ। ਮਨੁੱਖ ਦਾ ਜੀਵਨ ਸੁਖਾਲਾ ਹੋਇਆ ਇਹ ਆਪਾਂ ਮੰਨਾਂਗੇ, ਪਹਿਲੇ ਤੋਂ ਬਹੁਤ ਸੁਖਾਲਾ ਹੋਇਆ ਮਨੁੱਖ ਦਾ ਜੀਵਨ। ਫਿਰ ਹੁਣ ਅਸੀਂ GDP ਦੀਆਂ ਗੱਲਾਂ ਕਰਦੇ ਹਾਂ
कि इनकम किन्नी है देश की या समाज की या साडा रुतबा किहड़ा है विकास का जी डी पी की गल करते हैं तरक्की दे आंकड़े असी कट्ठे करते हैं कि असी किन्नी तरक्की कर ली पर ये तो देखिए कि जी डी पी संभव किदा हुंदी है तरक्की दे आंकड़े बनते कितों ने ता इदे विच वड्डा कंट्रीब्यूशन जिहड़ा है वो किरत दा है। मैं ये कह सकदा सिंपली कि प्री हिस्टोरिक पीरियड इतिहास तो पहले का जिहड़ा पीरियड है जदों इतिहास नहीं सी लिखिया जांदा उस तो पहले का पीरियड इतिहास लिखिया जांदा उस तो पहले का पीरियड जां जिहनूं असी सोशल साइंसिज विच पोलिटिकल साइंसिज विच स्टेट ऑफ नेचर कहिंदे आ उस पीरियड तो लैके अज दे ग्लोबलाइजेशन दे पीरियड तक पहुँचण दा मैं बड़े साफ शब्दों च कह सकदा दावे नाल कह सकदा कि असी अज ग्लोबलाइजेशन दे दौर च पहुँच गए हाँ स्टेट ऑफ नेचर तो प्री हिस्टोरिक पीरियड तो इदा क्रैडिट जिहड़ा है वह अगर है किसी नूं तां वो किरत नूं है। एक होर नज़रिए नाल मैं इसे गल नूं दोहराना चाहुंदा पुरातन समयां विच बहुत पहला मैं एजिज़ विच नहीं जाना चाहता उहदा सारा हिस्टोरिकल परस्पेक्टिव तुसी पढ़ सकते हो किताबां चों मनुख दा पहला जिहड़ी किरत हुंदी सी शुरुआती किरत वह खुराक इकट्ठी करनी उपजीविका इकट्ठी करनी अपने खाण वास्ते अपने गुजारे वास्ते उपजीविका इकट्ठी करनी ये किरत हुंदी सी वध तो वध सिर ते छत हो जावे किसी तरह का घर बन जावे ये उसकी किरत सी शुरू विच बहुत पुराने समय। इस तो अगां वध्या किरत का रूप बदलिया तो मनुख ने जमीन जंगल दरिया समुंदर छानने शुरू कर दिते फिर थोड़ा होर अगां वध्या तो जमीन दे थले की है वह लभना शुरू कर दिता और वह खजाने लभे वो साधन लभे जिन्हां साधना नाल विकास की राह ते तुरिया जा सकता पर ध्यान रखना ये उसकी किरत सी ये उसका कम सी ये वो कर रहा सी पहले सिर्फ अपनी खुराक इकट्ठी करता सी पहले सिर्फ अपनी उपजीविका इकट्ठी करता सी शिकार कर लैंदा सी जदों कुछ ना मिले पर हौली हौली उसने जमीन नूं समुंदरां नूं पहाड़ां नूं जमीन दे थले की है ये खंगालना शुरू करता उसकी किरत है। फिर थोड़ा होर मनुख अगे वध्या उसकी किरत ने उसनूं अगे वधाया उसने औजार बनाने शुरू कर दिते उसने संद बनाने शुरू कर दिते ये भी उसकी किरत दा एक किरत दी एक मिसाल है। फिर संदा नाल लोहे नूं तराशना शुरू कर दिता लकड़ी नूं तराशना शुरू कर दिता चमड़े नूं रूप देना शुरू कर दिता खेती का काम करना शुरू करता ये सारा कुछ किरत दे हवाले नाल हो रहा है किरत करके हो रहा है। ध्यान रखना सिर्फ अपना खाना इकट्ठा करना अपने लिए शिकार करना ये मनुख करता सी करद्या वो चमड़े का काम लकड़ी का काम लोहे का काम ये सारे काम और ये सारा कुछ किरत राही फिर इत्थे नहीं रुकिया मनुख फिर उसने मशीन बनाई फिर मशीन नाल होर मशीना बनाईया फिर मशीन नाल प्रोडक्शन करना शुरू कर दिता पहले भी प्रोडक्शन करता सी पर औजारा नाल करता सी होर तरह करता सी फिर उसने मशीन बनाई मशीन बना के उत्पादन शुरू किया होर वड्डी गिनती विच पैदावार शुरू की ये सारा कुछ जिहड़ा है वह किरत दी देण है। बस ये ध्यान रखना है कि प्री हिस्टोरिक पीरियड तो लैके और ग्लोबलाइजेशन तक पहुँचाउन वाले जिहड़ी कोई ताकत है कोई गल है वह किरत है किरत ने सानू इत्थे तक पहुँचाया इन्ना विकास जिहड़ा है वह किरत दे कारण सानू प्राप्त होया सारा सेहरा जिहड़ा है किरत नूं जांदा है। किरत नूं मैं डिफाइन करां तो किदां कर सकदा तो मैनूं यह लगता है सिंपली बड़े सौखे शब्दों विच अगर मैं किरत नूं परिभाषित करना चाहवां तो मैं कह सकदा कि भौतिक ओबलीग शरीरक समर्था और बौद्धिक समर्था
ਨਾਲ ਉਸਾਰੂ ਕੰਮ ਕਰਨਾ ਉਸਨੂੰ ਕਿਰਤ ਦਾ ਨਾਂ ਦਿੱਤਾ ਜਾ ਸਕਦਾ ਹੈ। ਸਰੀਰਕ ਔਰ ਬੌਧਿਕ ਸਮਰੱਥਾ ਨੂੰ ਜਦੋਂ ਉਸਾਰੂ ਕੰਮ ਲਈ ਇਸਤੇਮਾਲ ਕੀਤਾ ਜਾਂਦਾ, ਕੰਸਟਰਕਟਿਵ ਕੰਮ ਲਈ ਇਸਤੇਮਾਲ ਕੀਤਾ ਜਾਂਦਾ, ਤਾਂ ਉਸਨੂੰ ਅਸੀਂ ਕਿਰਤ ਦਾ ਨਾਂ ਦਿੰਦੇ ਹਾਂ। ਫਿਰ ਮੈਂ ਦੁਹਰਾਉਣਾ ਚਾਹਾਂਗਾ, ਕਿਰਤ ਰਾਹੀਂ ਉਤਪਾਦਨ ਹੁੰਦਾ ਹੈ, ਕਿਰਤ ਰਾਹੀਂ ਆਮਦਨ ਇਕੱਠੀ ਹੁੰਦੀ ਹੈ, ਕਿਰਤ ਨਾਲ ਆਰਥਿਕ ਔਰ ਸਮਾਜਿਕ ਬਦਲਾਅ ਜਿਹੜੇ ਨੇ ਉਹਨਾਂ ਦੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਨੇ। ਇਹ ਕਿਰਤ ਦੀ ਅਹਿਮੀਅਤ ਹੈ। ਪਰ ਇੱਕ ਵੱਡੀ ਤਰਾਸਦੀ ਵੀ ਹੈ ਇਤਿਹਾਸ ਦੀ। ਕਿਰਤ ਅਤੇ ਕਿਰਤੀਆਂ ਨਾਲ ਹਮੇਸ਼ਾ ਬੇਇਨਸਾਫੀ ਹੋਈ ਹੈ, ਇਹ ਵੀ ਇਤਿਹਾਸ ਹੈ। ਇੱਕ ਪਾਸੇ ਕਿਰਤ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਵਿਕਾਸ ਵਿੱਚ, ਪਰ ਦੂਜੇ ਪਾਸੇ ਕਿਰਤ ਨਾਲ ਔਰ ਕਿਰਤੀਆਂ ਨਾਲ ਬੇਇਨਸਾਫੀ ਅਤੇ ਵਿਤਕਰਾ ਹੁੰਦਾ ਰਿਹਾ, ਹਮੇਸ਼ਾ ਹੁੰਦਾ ਰਿਹਾ। ਇੱਥੋਂ ਤੱਕ ਕਿ ਕਿਰਤੀਆਂ ਦਾ ਔਰ ਕਿਰਤ ਦਾ ਸ਼ੋਸ਼ਣ ਹੁੰਦਾ ਰਿਹਾ, ਐਕਸਪਲੋਇਟੇਸ਼ਨ ਹੁੰਦਾ ਰਿਹਾ, ਇਹ ਵੀ ਇਤਿਹਾਸ ਦਾ ਇੱਕ ਵਰਕ ਹੈ ਜਿਸ ਨੂੰ, ਔਰ ਇਹ ਵੀ ਇਤਿਹਾਸ ਦੇ ਵਰਕਿਆਂ 'ਤੇ ਲਿਖਿਆ ਹੈ ਕਿ ਕਿਰਤ ਨੂੰ ਹੀਨ ਭਾਵਨਾ ਨਾਲ ਦੇਖਣ ਦੇ ਯਤਨ ਵੀ ਕੀਤੇ ਜਾਂਦੇ ਰਹੇ ਨੇ। ਜਿਹੜਾ ਕਿਰਤ ਵਾਲਾ ਹੈ ਉਸਨੂੰ ਥੋੜ੍ਹਾ ਜਿਹਾ ਹੀਨ ਭਾਵਨਾ ਨਾਲ ਸਮਾਜ ਵਿੱਚ ਨੀਵੇਂ ਦਰਜੇ ਨਾਲ ਜੋੜਨ ਦਾ ਇੱਕ ਰਿਵਾਜ਼ ਵੀ ਮੈਨੂੰ ਇਤਿਹਾਸ ਵਿੱਚ ਮਿਲਦਾ। ਜਦੋਂ ਮੈਂ ਇਤਿਹਾਸ ਵੱਲ ਦੇਖਦਾ ਕਿ ਜਿਹੜਾ ਕਿਰਤ ਕਰ ਰਿਹਾ ਉਸਨੂੰ ਸਮਾਜ ਵਿੱਚ ਉਹ ਖਾਸ ਤੌਰ 'ਤੇ ਜਿਹੜਾ ਹੱਥੀਂ ਕਿਰਤ ਕਰ ਰਿਹਾ ਉਸਨੂੰ ਸਮਾਜ ਵਿੱਚ ਉਸਨੂੰ ਨਿਚਲੇ ਦਰਜੇ ਵੱਲ ਧੱਕਣ ਦੀ ਕੋਸ਼ਿਸ਼ ਹੁੰਦੀ ਰਹੀ ਹੈ। ਕਿਰਤ ਵਾਲਿਆਂ ਦੇ ਨਾਂ ਰੱਖੇ ਜਾਂਦੇ ਰਹੇ ਨੇ, ਮੈਂ ਨਾਵਾਂ ਵਿੱਚ ਨਹੀਂ ਜਾਣਾ ਚਾਹੁੰਦਾ। ਅਸੀਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਂ ਪਕਾਏ ਗਏ ਉਹਨਾਂ ਦੇ ਨਾਂ 'ਤੇ ਔਰ ਉਹਨਾਂ ਦੇ ਨਾਂ ਰੱਖੇ ਜਾਂਦੇ ਰਹੇ ਨੇ, ਇਹ ਵੀ ਇਤਿਹਾਸ ਵਿੱਚ ਕਿਰਤੀਆਂ ਨਾਲ ਔਰ ਕਿਰਤ ਨਾਲ ਹੁੰਦਾ ਰਿਹਾ। ਫਿਰ ਵਰਣ ਵੰਡ ਰਾਹੀਂ ਉਹਨਾਂ ਨੂੰ ਨੀਵੇਂ ਵਰਗ ਵਿੱਚ ਰੱਖੇ ਜਾਣ ਦੀਆਂ ਵੀ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਨੇ। ਇਹ ਇੱਕ ਇਤਿਹਾਸ ਦਾ ਹੋਰ ਵਰਕ ਹੈ ਜਿੱਥੇ ਮੈਂ ਵਿਕਾਸ ਦੀ ਗੱਲ ਕੀਤੀ ਹੈ। ਪ੍ਰੀ ਹਿਸਟੋਰਿਕ ਪੀਰੀਅਡ ਤੋਂ ਲੈ ਕੇ ਗਲੋਬਲਾਈਜੇਸ਼ਨ ਤੱਕ ਕਿਰਤ ਦਾ ਕਿੰਨਾ ਵੱਡਾ ਰੋਲ ਹੈ। ਦੂਜੇ ਪਾਸੇ ਇਹ ਵੀ ਇਤਿਹਾਸ ਦਾ ਇੱਕ ਪੰਨਾ ਹੈ ਕਿ ਕਿਰਤ ਔਰ ਕਿਰਤੀਆਂ ਨਾਲ ਹਮੇਸ਼ਾ। ਮੈਂ ਅੱਜ ਦੀ ਸਥਿਤੀ 'ਤੇ ਸਿੱਧਾ ਆਉਣਾ ਚਾਹੁੰਦਾ, ਜੋ ਅੱਜ ਸਥਿਤੀ ਹੈ। ਅੱਜ ਦੀ ਸਥਿਤੀ ਵੱਲ ਝਾਤ ਮਾਰੀਏ ਤਾਂ ਮੈਨੂੰ ਥੋੜ੍ਹੀ ਜਿਹੀ ਨਾਮੋਸ਼ੀ ਹੁੰਦੀ ਹੈ, ਤਕਲੀਫ ਹੁੰਦੀ ਹੈ। ਤਕਲੀਫ ਇਸ ਕਰਕੇ ਕਿ ਸਮਾਜ ਵਰਟੀਕਲੀ ਵੰਡਿਆ ਗਿਆ, ਇਸ ਵਿੱਚ ਵਰਟੀਕਲ ਦੀਵਾਰ ਖੜ੍ਹੀ ਕਰ ਦਿੱਤੀ ਗਈ ਹੈ ਅੱਜ ਦੇ ਸਮਾਜ ਵਿੱਚ। ਇੱਕ ਪਾਸੇ ਮੈਂ ਸ਼ੋਰਟ ਵਿੱਚ ਗੱਲ ਕਰ ਰਿਹਾ, ਜ਼ਿਆਦਾ ਗੱਲਾਂ ਕਰਨੀਆਂ ਨੇ ਇਸ ਵਾਸਤੇ, ਹੈ ਵਰਟੀਕਲ ਡਿਵੀਜ਼ਨ ਸਮਾਜ ਵਿੱਚ ਮੈਨੂੰ ਦੇਖਣ ਨੂੰ ਮਿਲ ਰਿਹਾ। ਇੱਕ ਪਾਸੇ ਮੁਨਾਫਾ ਕਮਾਉਣ ਵਾਲੇ ਸਰਮਾਏਦਾਰ ਅਮੀਰ ਵਰਗ ਹੈ ਇੱਕ ਪਾਸੇ, ਔਰ ਇੱਕ ਪਾਸੇ ਮਿਹਨਤਾਨਾ ਲੈਣ ਵਾਲਾ ਗਰੀਬ ਕਿਰਤੀ ਵਰਗ ਹੈ। ਸਮਾਜ ਦੋ ਹਿੱਸਿਆਂ 'ਚ ਵੰਡਿਆ ਹੋਇਆ। ਅੱਜ ਦੀ ਭੂਮਿਕਾ ਉਹ ਹੀ ਕਿਰਤੀ ਨਿਭਾ ਰਿਹਾ ਜਿਹੜੀ ਹਮੇਸ਼ਾ ਤੋਂ ਨਿਭਾਉਂਦਾ ਆ ਰਿਹਾ, ਪਰ ਸਮਾਜ ਨੇ ਦੋ ਹਿੱਸਿਆਂ ਵਿੱਚ ਵਰਗ ਵੰਡ ਕਰ ਦਿੱਤੀ ਹੈ। ਇੱਕ ਪਾਸੇ ਯਾਦ ਰੱਖਣਾ, ਮੁਨਾਫਾ ਕਮਾਉਣ ਵਾਲਾ ਸਰਮਾਏਦਾਰ ਅਮੀਰ ਵਰਗ ਹੈ, ਔਰ ਦੂਜੇ ਪਾਸੇ ਮਿਹਨਤਾਨਾ ਲੈਣ ਵਾਲਾ, ਤਨਖਾਹ ਲੈਣ ਵਾਲਾ ਵੀ ਕਿਸੇ ਹੱਦ ਤੱਕ ਕਹਿ ਸਕਦੇ ਹਾਂ, ਮਿਹਨਤਾਨਾ ਲੈਣ ਵਾਲਾ ਗਰੀਬ ਕਿਰਤੀ ਵਰਗ ਹੈ। ਇੱਥੋਂ ਤੱਕ ਵੀ ਲੱਗਦਾ ਹੈ ਕਿ ਸਰਮਾਏਦਾਰ ਨੇ ਕਿਰਤ ਨੂੰ ਖਰੀਦ ਲਿਆ, ਉਸਨੇ ਕਿਰਤ ਨੂੰ ਗਿਰਵੀ ਰੱਖ ਲਿਆ, ਉਸਨੇ ਕਿਰਤ ਨੂੰ ਖਰੀਦ ਲਿਆ। ਮੈਨੂੰ ਇੱਦਾਂ ਵੀ ਲੱਗਦਾ ਹੈ ਅੱਜ ਜੋ ਸਥਿਤੀ ਹੈ। ਔਰ ਬੌਧਿਕ ਔਰ ਸੰਸਾਰਿਕ ਤੌਰ 'ਤੇ ਕਿਰਤ ਕਰਨ ਵਾਲਿਆਂ ਨੂੰ ਆਪਣੇ ਅਧੀਨ ਕਰ ਲਿਆ, ਆਪਣੇ ਜ਼ੇਰ ਕਰ ਲਿਆ। ਬਹੁਤ ਤਫਸੀਲ ਇਹਦੇ ਬਾਰੇ ਕੀਤੀ ਜਾ ਸਕਦੀ ਹੈ ਕਿ ਸਰਮਾਏਦਾਰੀ ਜਿਹੜੀ ਪ੍ਰਥਾ ਹੈ, ਸਿਸਟਮ ਹੈ, ਉਸਨੇ ਕਿਸ ਤਰ੍ਹਾਂ ਕਿਰਤ ਨੂੰ, ਬੌਧਿਕ ਔਰ ਸਰੀਰਕ ਕਿਰਤ ਨੂੰ ਕਿੱਦਾਂ ਆਪਣੇ ਜ਼ੇਰ ਕਰ ਲਿਆ, ਕਿਸ ਤਰ੍ਹਾਂ ਆਪਣੇ ਅਧੀਨ ਕਰ ਲਿਆ, ਇਹ ਆਪਣੇ ਆਪ ਵਿੱਚ ਤੁਸੀਂ ਇਹਦੀ ਤਫਸੀਲ ਜਾਣ ਸਕਦੇ ਹੋ। ਮੈਂ ਇਸ ਨੂੰ ਹੋਰ ਤਰ੍ਹਾਂ ਵੀ ਕਹਿ ਸਕਦਾ ਕਿ ਮੁਨਾਫੇ ਵਿੱਚ ਔਰ ਮਿਹਨਤਾਨੇ ਦੇ ਅਨੁਪਾਤ ਵਿੱਚ, ਮੁਨਾਫੇ ਔਰ ਮਿਹਨਤਾਨੇ ਦੇ ਅਨੁਪਾਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਮੁਨਾਫੇ ਔਰ ਮਿਹਨਤਾਨੇ ਦੇ ਅਨੁਪਾਤ ਵਿੱਚ, ਰੇਸ਼ੋ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਇਹੋ ਫਰਕ ਜਿਹੜਾ ਹੈ ਉਹ ਬੇਇਨਸਾਫੀ,
ਨੂੰ ਜਨਮ ਦੇ ਰਿਹਾ, ਇਹੋ ਫਰਕ ਜਿਹੜਾ ਹੈ ਵਿਤਕਰੇ ਨੂੰ ਜਨਮ ਦੇ ਰਿਹਾ, ਇਹੋ ਫਰਕ ਜਿਹੜਾ ਐਕਸਪਲੋਇਟੇਸ਼ਨ ਨੂੰ ਜਨਮ ਦੇ ਰਿਹਾ, ਸ਼ੋਸ਼ਣ ਨੂੰ ਜਨਮ ਦੇ ਰਿਹਾ। ਫਿਰ ਇੱਕ ਸਿੰਪਲ ਫਾਰਮੂਲਾ, ਜਦੋਂ ਮੈਂ ਇਤਿਹਾਸ ਪੜ੍ਹਿਆ ਇਸ ਨਜ਼ਰੀਏ ਨਾਲ, ਤਾਂ ਮੈਨੂੰ ਲੱਗਦਾ ਇੱਕ ਬਹੁਤ ਸਿੰਪਲ ਜਿਹਾ ਫਾਰਮੂਲਾ ਹੈ, ਫੋਰਮੇਸ਼ਨ ਹੈ ਮੇਰੇ ਦਿਮਾਗ ਵਿੱਚ, ਉਹ ਇਹ ਹੈ ਕਿ ਜਦੋਂ ਮੁਨਾਫਾ ਵੱਧਦਾ ਹੈ ਉਦੋਂ ਮਿਹਨਤਾਨਾ ਘੱਟਦਾ, ਜਿੱਦਾਂ ਜਿੱਦਾਂ ਮੁਨਾਫਾ ਵਧੇਗਾ ਉਸ ਤਰ੍ਹਾਂ ਮਿਹਨਤਾਨਾ ਜਿਹੜਾ ਹੈ ਉਹ ਘੱਟਦਾ ਜਾਂਦਾ। ਔਰ ਫਿਰ ਮੈਨੂੰ ਇਸ ਤਰ੍ਹਾਂ ਵੀ ਲੱਗਦਾ ਹੈ ਕਿ ਜਿਸ ਤਰ੍ਹਾਂ ਜਿਸਨੇ ਸਰਮਾਇਆ ਲਾਇਆ ਹੈ ਉਸਦਾ ਹਿੱਸਾ ਬਹੁਤ ਜ਼ਿਆਦਾ ਹੈ, ਜਿਸਨੇ ਸਰਮਾਇਆ ਲਾਇਆ ਉਸਦਾ ਹਿੱਸਾ ਬਹੁਤ ਜ਼ਿਆਦਾ ਹੈ, ਉਸਦਾ ਮੁਨਾਫਾ ਬਹੁਤ ਜ਼ਿਆਦਾ ਹੈ, ਔਰ ਜਿਸਨੇ ਖੂਨ ਪਸੀਨਾ ਲਾਇਆ, ਜਿਸਨੇ ਆਪਣਾ ਸਾਰਾ ਸਰੀਰ, ਆਪਣੀ ਸਾਰੀ ਬੁੱਧੀ, ਆਪਣੀ ਸਾਰੀ ਸਮਰੱਥਾ ਲਾ ਦਿੱਤੀ ਹੈ, ਉਹਦਾ ਹਿੱਸਾ ਬਹੁਤ ਘੱਟ ਹੈ। ਇਹ ਜਿਹੜਾ ਵਰਟੀਕਲ ਡਿਵੀਜ਼ਨ ਹੈ, ਇਹ ਕਿਰਤ ਦੇ ਨਾਲ ਬਹੁਤ ਵੱਡਾ ਧਰੋਹ ਹੈ, ਔਰ ਕਿਰਤੀਆਂ ਨਾਲ ਬਹੁਤ ਵੱਡਾ ਧਰੋਹ ਹੈ। ਮੁਨਾਫਾ ਵਧੀ ਜਾ ਰਿਹਾ ਅਤੇ ਮਿਹਨਤਾਨਾ ਘਟੀ ਜਾ ਰਿਹਾ, ਔਰ ਜਦੋਂ ਮੁਨਾਫਾ ਵਧੇਗਾ ਸੁਭਾਵਿਕ ਹੈ ਕਿ ਮਿਹਨਤਾਨਾ ਜਿਹੜਾ ਹੈ ਉਹ ਘੱਟ ਜਾਏਗਾ। ਹੁਣ ਮੇਰੇ ਮਨ 'ਚ ਹੈ ਕਿ ਜੇ ਇਹ ਸਿਨੈਰੀਓ ਹੈ ਅੱਜ ਦਾ ਜਿਹਦੇ ਵਿੱਚ ਵਰਟੀਕਲ ਡਿਵੀਜ਼ਨ ਹੈ, ਜਿਹਦੇ ਵਿੱਚ ਕਿਰਤ ਔਰ ਕਿਰਤੀ ਜਿਹੜਾ ਹੈ ਉਹ ਜ਼ੇਰ ਹੋ ਗਿਆ, ਉਹ ਗੁਲਾਮ ਹੋ ਗਿਆ, ਉਹ ਅਧੀਨ ਹੋ ਗਿਆ, ਔਰ ਉਸਦਾ ਕਿਰਤ ਔਰ ਕਿਰਤੀ ਨੂੰ ਖਰੀਦ ਲਿਆ ਗਿਆ, ਔਰ ਉਸਦਾ ਮਿਹਨਤਾਨਾ ਜਿਹੜਾ ਹੈ ਉਹ ਮੁਨਾਫੇ ਵਾਲਿਆਂ ਦੇ ਹੱਥ ਹੋ ਗਿਆ, ਐਸੀ ਸਥਿਤੀ ਨੂੰ ਫਿਰ ਆਪਾਂ ਇਸ ਵਿੱਚ ਕਿਰਤ ਦੀ ਸੰਭਾਵਨਾਵਾਂ, ਕਿਰਤ ਦੀ ਸਨਮਾਨ ਔਰ ਕਿਰਤ ਦੇ ਵਕਾਰ ਦੀ ਗੱਲ ਕਿਸ ਤਰ੍ਹਾਂ ਕਰੀਏ। ਤਾਂ ਮੈਨੂੰ ਇਹ ਲੱਗਦਾ ਕਿ ਚੰਗੀ ਵਿਵਸਥਾ ਉਹ ਹੈ ਇਸ ਸਾਰੇ ਸਿਨੈਰੀਓ ਵਿੱਚ, ਜਿਸ ਵਿੱਚ ਅਮੀਰ ਔਰ ਗਰੀਬ ਦਾ ਪਾੜਾ ਘੱਟ ਹੋਵੇ। ਅਸੀਂ ਵਾਰ ਵਾਰ ਕਹਿੰਦੇ ਹਾਂ ਕਿ ਅਮੀਰ ਔਰ ਗਰੀਬ ਦਾ ਪਾੜਾ ਜਿਹੜਾ ਹੈ, ਗੈਪ ਜਿਹੜਾ ਹੈ ਉਹ ਘੱਟ ਹੋਵੇ, ਉਹ ਆਈਡੀਅਲ ਅਵਸਥਾ ਹੈ, ਚੰਗੀ ਅਵਸਥਾ ਹੈ, ਔਰ ਉਹਦੇ ਲਈ ਮੁਨਾਫੇ ਦਾ ਜਿਹੜਾ ਹੈ ਉਹ ਘਟੇ ਔਰ ਮਿਹਨਤਾਨਾ ਵਧੇ। ਇਹੀ ਇੱਕ ਤਰੀਕਾ ਹੈ ਕਿ ਮਿਹਨਤਾਨਾ ਜਿਹੜਾ ਹੈ, ਕਿਰਤੀ ਦਾ ਹਿੱਸਾ ਜਿਹੜਾ ਹੈ ਉਹ ਵਧੇ, ਔਰ ਮੁਨਾਫਾ ਖੋਰਾਂ 'ਤੇ ਥੋੜ੍ਹਾ ਜਿਹਾ ਅੰਕੁਸ਼ ਲਗਾਇਆ ਜਾਵੇ, ਕਿਰਤੀਆਂ ਦਾ ਸ਼ੋਸ਼ਣ ਨਾ ਹੋਵੇ, ਐਸੀ ਵਿਵਸਥਾ ਅਸੀਂ ਮੰਗਦੇ ਹਾਂ। ਉਹਨਾਂ ਨਾਲ ਵਿਤਕਰਾ ਅਤੇ ਬੇਇਨਸਾਫੀ ਨਾ ਹੋਵੇ, ਇਹੋ ਜਿਹੇ ਸਿਸਟਮ ਦੀ ਭਾਲ ਅਸੀਂ ਕਰਦੇ ਹਾਂ, ਔਰ ਕਿਰਤ ਔਰ ਕਿਰਤੀਆਂ ਦਾ ਮਾਣ ਸਤਿਕਾਰ ਹੋਵੇ, ਉਹਨਾਂ ਦਾ ਰੁਤਬਾ ਵਧੇ, ਉਹਨਾਂ ਨੂੰ ਮਾਨ ਸਨਮਾਨ ਮਿਲੇ, ਉਹਨਾਂ ਨੂੰ ਹੀਣ ਭਾਵਨਾ ਨਾਲ ਨਾ ਦੇਖਿਆ ਜਾਵੇ, ਉਹਨਾਂ ਦੇ ਨਾਂ ਨਾ ਰੱਖੇ ਜਾਣ, ਉਹਨਾਂ ਨੂੰ ਵਰਣ ਵਿਵਸਥਾ ਵਿੱਚ ਨੀਵੀਂ ਥਾਂ 'ਤੇ ਰੱਖਣ ਦੀ ਜਿਹੜੀ ਪ੍ਰਥਾ ਹੈ ਉਹ ਖਤਮ ਹੋਵੇ, ਇਹੋ ਜਿਹਾ ਮਾਨ ਸਤਿਕਾਰ। ਔਰ ਵੱਡੀ ਗੱਲ ਜਿਹੜੀ ਹੈ ਮੈਂ ਫਿਰ ਉਹੀ ਕਹਾਂਗਾ ਕਿ ਮੁਨਾਫੇ ਔਰ ਮਿਹਨਤਾਨੇ ਦੇ ਅਨੁਪਾਤ ਨੂੰ ਨਿਆਂ ਸੰਗਤ ਕੀਤਾ ਜਾਏ, ਮੁਨਾਫੇ ਔਰ ਮਿਹਨਤਾਨੇ ਦੇ ਦਾ ਜਿਹੜਾ ਅਨੁਪਾਤ ਹੈ ਉਸਨੂੰ ਨਿਆਂ ਸੰਗਤ ਕੀਤਾ ਜਾਵੇ, ਤਾਂ ਇੱਕ ਚੰਗੀ ਵਿਵਸਥਾ ਜਿਹੜੀ ਹੈ ਉਹ ਕਾਇਮ ਹੋ ਸਕਦੀ ਹੈ। ਮੈਂ ਗੁਰੂ ਗ੍ਰੰਥ ਸਾਹਿਬ ਵੱਲ ਆਉਣਾ ਚਾਹੁੰਦਾ ਹੁਣ, ਇਸ ਸਾਰੀ ਬੈਕਗਰਾਊਂਡ ਵਿੱਚ, ਇਸ ਸਾਰੀ ਪਿੱਠ ਭੂਮੀ ਵਿੱਚ ਗੁਰੂ ਸਾਹਿਬਾਨ ਨੇ ਔਰ ਗੁਰਬਾਣੀ ਨੇ ਕਿਰਤ ਵਾਲਿਆਂ ਨਾਲ ਮਿਹਨਤ ਕਸ਼ ਕਿਰਤੀਆਂ ਦਾ ਮਿਹਨਤਾਨਾ ਪ੍ਰਾਪਤ ਕਰਨ ਵਾਲਿਆਂ ਦਾ ਪੱਖ ਪੂਰਿਆ। ਪੂਰੀ ਬਾਣੀ ਪੜ੍ਹ ਲਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਮੁਨਾਫਾਖੋਰਾਂ ਦਾ ਪੱਖ ਨਹੀਂ ਪੂਰਦੀ, ਮੁਨਾਫਾ ਇਕੱਠਾ ਕਰਨ ਵਾਲਿਆਂ ਦਾ ਪੱਖ ਨਹੀਂ ਪੂਰਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਉਹ ਪੱਖ ਪੂਰਦੀ ਹੈ ਅਤੇ ਮਿਹਨਤ ਕਸ਼ ਕਿਰਤੀਆਂ ਦਾ, ਉਹ ਪੱਖ ਪੂਰਦੀ ਹੈ ਅਤੇ ਕਿਰਤ ਕਰਨ ਵਾਲਿਆਂ ਦਾ, ਉਹ ਅਗਰ ਪੱਖ ਪੂਰਦੀ ਹੈ ਅਤੇ ਮਿਹਨਤਾਨਾ ਪ੍ਰਾਪਤ ਕਰਨ ਵਾਲੇ, ਖੂਨ ਪਸੀਨਾ ਲਾਉਣ ਵਾਲੇ ਕਿਰਤੀਆਂ ਦਾ। ਉਹ ਕਿਰਤੀਆਂ ਦੇ ਖਿਲਾਫ ਹੋ ਰਹੇ ਵਿਤਕਰੇ ਦੇ ਵਿਰੁੱਧ ਆਵਾਜ਼ ਉਠਾਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀਆਂ ਮੈਂ ਗੱਲਾਂ ਕਰਾਂਗਾ, ਉਹ ਬਾਣੀ ਜਿਹੜੀ ਹੈ ਕਿਰਤੀਆਂ ਦੇ ਹੱਕ ਵਿੱਚ ਆਵਾਜ਼ ਉਠਾਉਂਦੀ ਹੈ, ਥਾਂ ਥਾਂ 'ਤੇ, ਪੰਨੇ ਪੰਨੇ 'ਤੇ, ਬਾ ਬੁਲੰਦ ਆਵਾਜ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਰਤੀਆਂ ਦੇ ਹੱਕ ਵਿੱਚ, ਕਿਰਤ ਦੇ ਹੱਕ ਵਿੱਚ ਬਾ ਬੁਲੰਦ ਆਵਾਜ਼ ਆਪਣੀ ਗੱਲ ਕਹਿੰਦੀ ਹੈ। ਫਿਰ ਉਹ ਮੁਨਾਫਾ ਅਰਜਿਤ ਕਰਨ ਵਾਲਿਆਂ ਦੇ ਖਿਲਾਫ ਜੰਗ ਦਾ ਐਲਾਨ ਵੀ ਕਰਦੀ ਹੈ, ਉਹਨਾਂ ਦੇ ਖਿਲਾਫ ਜੰਗ ਦਾ ਐਲਾਨ ਵੀ ਕਰਦੀ ਹੈ, ਜਹਾਦ ਵੀ ਕਰਦੀ ਹੈ।
ਉਹਦੇ ਖਿਲਾਫ ਉਹਦੇ ਵਿਰੁੱਧ ਮੁਹਿੰਮ ਵੀ ਛੇੜਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨ ਦੀ ਲੋੜ ਹੈ। ਕਿਰਤ ਔਰ ਕਿਰਤੀਆਂ ਦੇ ਸਤਿਕਾਰ ਦੀ ਪਿਰਤ ਜਿਹੜੀ ਹੈ ਉਹ ਜਦੋਂ ਮੈਂ ਗੁਰੂਆਂ ਦਾ ਇਤਿਹਾਸ ਪੜ੍ਹਦਾ ਮੈਨੂੰ ਉਹਦੇ 'ਚੋਂ ਪੈਂਦੀ ਨਜ਼ਰ ਆਉਂਦੀ ਹੈ। ਕਿਰਤੀਆਂ ਦਾ ਸਤਿਕਾਰ, ਕਿਰਤ ਦਾ ਸਤਿਕਾਰ ਗੁਰੂ ਸਾਹਿਬ ਦੇ ਵਿਹਾਰ 'ਚੋਂ ਉਹ ਮੈਨੂੰ ਲੱਗਦਾ ਹੈ। ਔਰ ਐਸੀ ਨਵੀਂ ਵਿਵਸਥਾ ਦੀ ਵਕਾਲਤ ਕਰਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਔਰ ਗੁਰੂ ਸਾਹਿਬਾਨ ਜਿਹੜੀ ਕਿਸੇ ਹੱਦ ਤੱਕ, ਕਾਫੀ ਹੱਦ ਤੱਕ ਮੈਂ ਕਹਿ ਸਕਦਾ ਕਿ ਕਿਰਤੀਆਂ ਦੇ ਹੱਕ ਵਿੱਚ ਔਰ ਕਿਰਤ ਕਰਨ ਵਾਲਿਆਂ ਦੇ ਮਾਨ ਸਨਮਾਨ ਵਿੱਚ ਜਿਹੜੀ ਵਿਵਸਥਾ ਖੜ੍ਹੀ ਹੋਵੇ ਉਸ ਵਿਵਸਥਾ ਦੀ ਵਕਾਲਤ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਰਦੀ ਹੈ। ਇੱਕ ਬਹੁਤ ਖੂਬਸੂਰਤ ਉਦਾਹਰਣ ਹੈ ਗੁਰੂਆਂ ਦੇ ਇਤਿਹਾਸ 'ਚੋਂ ਔਰ ਗੁਰੂ ਨਾਨਕ ਪਾਤਸ਼ਾਹ ਦੇ ਇਤਿਹਾਸ 'ਚੋਂ ਔਰ ਉਦਾਸੀਆਂ 'ਚੋਂ। ਇੱਕ ਨਵੀਂ ਵਿਵਸਥਾ ਦੀ ਗੱਲ ਭਾਈ ਲਾਲੋ ਦੇ ਘਰ ਗੁਰੂ ਨਾਨਕ ਪਾਤਸ਼ਾਹ ਦੀ ਆਮਦ ਜਿਹੜੀ ਹੈ ਉਹ ਜਿਹੜੀ ਘਟਨਾ ਹੈ ਭਾਈ ਲਾਲੋ ਦੇ ਘਰ ਦੀ, ਉਸ ਇਤਿਹਾਸਕ ਘਟਨਾ ਤੋਂ ਸਾਰੀ ਜਿਹੜੀ ਵਿਵਸਥਾ ਪਰਿਵਰਤਨ ਦੀ, ਬਦਲਾਅ ਦੀ ਗੱਲ ਹੈ ਉਹ ਸਾਨੂੰ ਸਮਝ ਆ ਸਕਦੀ ਹੈ। ਇੱਕ ਘਟਨਾ ਇਤਿਹਾਸ ਦੀ, ਭਾਈ ਲਾਲੋ ਦੇ ਘਰ ਗੁਰੂ ਨਾਨਕ ਸਾਹਿਬ ਦਾ ਜਾਣਾ, ਉਸ ਘਟਨਾ ਨੂੰ ਇਤਿਹਾਸਕ ਤੌਰ 'ਤੇ, ਸਾਖੀਆਂ ਦੇ ਤੌਰ 'ਤੇ ਪੜ੍ਹ ਲਿਆ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਪੂਰਾ ਦਾ ਪੂਰਾ ਫਲਸਫਾ ਨਵੀਂ ਸਮਾਜਿਕ ਵਿਵਸਥਾ ਦਾ ਮੈਨੂੰ ਉੱਥੋਂ ਮਿਲਦਾ। ਗੁਰੂ ਨਾਨਕ ਸਾਹਿਬ ਭਾਈ ਲਾਲੋ ਦੇ ਘਰ ਚਲੇ ਗਏ। ਭਾਈ ਲਾਲੋ ਗੁਰੂ ਨਾਨਕ ਪਾਤਸ਼ਾਹ ਨੂੰ ਦੇਖ ਕੇ ਅਚੰਬਿਤ ਹੋ ਗਿਆ ਕਿ ਮੇਰੇ ਘਰ ਗੁਰੂ ਨਾਨਕ ਆ ਗਏ। ਇੱਕ ਗੁਰੂ ਨਾਨਕ ਧਰਮੀ ਪੁਰਸ਼ ਨੇ, ਰੱਬੀ ਪੁਰਸ਼ ਨੇ, ਰੂਹਾਨੀ ਸ਼ਖਸੀਅਤ ਦੇ ਮਾਲਕ ਨੇ, ਪਰ ਦੂਜੇ ਪਾਸੇ ਉੱਚੀ ਕੁਲ ਦੇ ਨੇ, ਵੱਡੀ ਕੁਲ ਦੇ ਨੇ। ਔਰ ਭਾਈ ਲਾਲੋ ਦੇ ਮਨ 'ਚ ਆਇਆ ਕਿ ਮੈਂ ਗਰੀਬੜਾ ਔਰ ਮੈਂ ਜਿਹਦਾ ਨਾਂ ਵੀ ਰੱਖਦੇ ਨੇ ਉਹਦੇ ਕਿੱਤੇ ਦਾ, ਕੀਰਤੀ ਸਿੰਘ ਦਾ, ਮੈਂ ਕੀਰਤੀ ਸਿੰਘ ਔਰ ਮੇਰੇ ਘਰ ਸਿੱਖ ਔਰ ਮੇਰੇ ਘਰ ਗੁਰੂ ਨਾਨਕ ਆ ਗਏ। ਤਾਂ ਕਹਿੰਦੇ ਨੇ ਕਿ ਭਾਈ ਲਾਲੋ ਦੀ ਪਤਨੀ ਕਹਿਣ ਲੱਗੀ ਕਿ ਇੰਨੇ ਵੱਡੇ ਬੰਦੇ ਵਾਸਤੇ ਲੰਗਰ ਕਿੱਦਾਂ ਤਿਆਰ ਹੋਵੇ, ਪ੍ਰਸ਼ਾਦ ਕਿੱਦਾਂ ਤਿਆਰ ਹੋਵੇ, ਕਿਸ ਤਰ੍ਹਾਂ ਦਾ ਚੌਂਕਾ ਹੋਵੇ, ਕਿਸ ਤਰ੍ਹਾਂ ਦਾ ਬੰਦੋਬਸਤ ਹੋਵੇ। ਵਰਣ ਵਿਵਸਥਾ ਵੀ ਉਹਦੇ ਜ਼ਿਹਨ ਵਿੱਚ, ਭਾਈ ਲਾਲੋ ਦੀ ਪਤਨੀ ਦੇ ਜ਼ਿਹਨ ਵਿੱਚ ਹੈ ਕਿ ਇਹ ਵੱਡਾ ਬੰਦਾ ਹੈ, ਵੱਡੀ ਕੁਲ ਦਾ, ਉੱਚੀ ਕੁਲ ਦਾ। ਤਾਂ ਬਾਬੇ ਨਾਨਕ ਦਾ ਬਚਨ ਮੈਂ ਸ਼ਾਇਦ ਅੱਗੇ ਵੀ ਸੁਣਾਇਆ ਹੋਵੇ, ਤਾਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਚੌਕੇ ਅੰਦਰ, ਉਹ ਕਹਿੰਦੀ ਹੈ, ਭਾਈ ਲਾਲੋ ਕਹਿੰਦੇ ਨੇ, ਉਹਨਾਂ ਦੀ ਧਰਮ ਸੁਪਤਨੀ ਕਹਿੰਦੀ ਹੈ, ਚੌਕੇ ਅੰਦਰ ਚਲਕਰ ਜੈਵੋ ਉੱਤਮ ਜਨਮ ਤੁਮਾਰਾ, ਜਾਂ ਇਹ ਥਾਂ ਮੰਗਾਵੋ ਸਵਾਮੀ ਸੰਸੈ ਧੋਏ ਹਮਾਰਾ। ਦੱਸੋ ਕਿੱਥੇ ਤੁਹਾਨੂੰ ਖਾਣਾ ਖਿਲਾਵਾਂ, ਕਿਹੜੀ ਥਾਂ, ਕਿੱਦਾਂ ਲੀਪਾਂ, ਕਿੱਦਾਂ ਦਾ ਚੌਕਾ ਬਣਾਵਾਂ। ਸਿਰਮੁਖ ਕਹਿਤ ਧਰਤ ਹੈ ਜਿਤਨੀ, ਤਿਤਨੋ ਚੌਕਾ ਜਾਣੋ। ਜਿੰਨੀ ਧਰਤੀ ਹੈ ਓਨਾ ਹੀ ਚੌਕਾ ਹੈ, ਸੱਚ ਰਤੇ ਸੇ ਸੂਚੇ ਹੋਏ ਮਨ ਕੋ ਭਰਮ ਮਿਟਾਨੋ। ਕਹਿੰਦੇ ਨੇ ਕਿ ਹੇ ਬੀਬੀ, ਹੇ ਭਾਈ ਲਾਲੋ, ਵਹਿਮ ਨਾ ਕਰ, ਜਿੰਨੀ ਧਰਤੀ ਹੈ ਓਨਾ ਚੌਕਾ ਹੈ। ਇਹ ਕਿਰਤੀ ਨੂੰ ਸਨਮਾਨ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਵਿਜ਼ਿਟ ਜਿਹੜੀ ਉਹਨਾਂ ਦੀ ਭਾਈ ਲਾਲੋ ਦੇ ਘਰ ਦੀ ਹੈ ਉਸ ਹਵਾਲੇ ਨਾਲ ਮੈਂ ਗੱਲ ਕਰ ਰਿਹਾ। ਪਰ ਨਾਲ ਹੀ ਇੱਕ ਹੋਰ ਘਟਨਾ ਵਾਪਰ ਗਈ। ਗੁਰੂ ਨਾਨਕ ਪਾਤਸ਼ਾਹ ਨੂੰ ਸੁਨੇਹਾ ਆ ਗਿਆ ਕਿ ਮਲਕ ਭਾਗੋ ਨੇ ਬ੍ਰਹਮ ਭੋਜ ਰੱਖਿਆ ਔਰ ਸਾਰੇ ਸਾਧੂ ਸੰਤ, ਵੱਡੇ ਵੱਡੇ ਫਕੀਰ ਉਹਦੇ ਬ੍ਰਹਮ ਭੋਜ ਚਾ ਰਹੇ ਨੇ, ਗੁਰੂ ਨਾਨਕ ਸਾਹਿਬ ਤੁਸੀਂ ਵੀ ਚਲੋ। ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਸੱਦੇ ਦੀ ਪਰਵਾਹ ਨਹੀਂ ਕੀਤੀ ਕਿਉਂਕਿ ਉਹ ਮੁਨਾਫਾਖੋਰ ਹੈ, ਇਹ ਮਿਹਨਤਾਨਾ ਵਾਲਾ ਭਾਈ ਲਾਲੋ ਹੈ, ਉਹਦੇ ਘਰ ਬੈਠੇ ਨੇ ਗੁਰੂ ਨਾਨਕ ਪਾਤਸ਼ਾਹ ਔਰ ਇਹ ਕਹਿ ਰਹੇ ਨੇ ਕਿ ਸਾਰੀ ਧਰਤੀ ਚੌਂਕਾ ਹੈ, ਵਹਿਮ ਨਾ ਕਰ, ਮੈਂ ਤੇਰੇ ਨਾਲ ਖੜਾਂ, ਜਿੱਥੇ ਖੁਆਏਗਾ ਉੱਥੇ ਖਾ ਲਾਂਗਾ। ਮਲਕ ਭਾਗੋ ਦਾ ਸੱਦਾ ਜਿਹੜਾ ਹੈ, ਆਖਿਰ ਬਹੁਤ ਜ਼ੋਰ ਪਾਉਣ 'ਤੇ ਗੁਰੂ ਨਾਨਕ ਪਾਤਸ਼ਾਹ ਜਾਣ ਨੂੰ ਮੰਨ ਗਏ ਮਲਕ ਭਾਗੋ ਦੇ। ਔਰ ਕਹਿੰਦੇ ਹਨ ਕਿ ਉੱਥੇ ਸਵਾਲ ਜਵਾਬ ਸ਼ੁਰੂ ਹੋ ਗਿਆ। ਉਸਨੇ ਕਿਹਾ ਕਿ ਮੇਰਾ ਇਹ ਅਨਾਦਰ ਕਿਉਂ ਕੀਤਾ ਗਿਆ। ਗੁਰੂ ਸਾਹਿਬ ਦਾ ਜਵਾਬ ਸੀ, ਸਾਡੇ ਲਈ ਕਿਸੇ ਬ੍ਰਹਮ ਭੋਜ ਦੀ ਕੋਈ ਅਹਿਮੀਅਤ ਨਹੀਂ, ਲਾਲੋ ਦਾ ਸਾਦਾ ਭੋਜਨ ਬ੍ਰਹਮ ਭੋਜ ਤੋਂ ਕਿਤੇ ਵੱਧ ਸਵਾਦਲਾ ਹੈ। ਹੋਰ ਜ਼ਿਆਦਾ ਗੱਲਾਂ ਹੋਈਆਂ, ਬਹੁਤ ਕੁਛ ਕਿਹਾ ਗਿਆ ਗੁਰੂ ਨਾਨਕ ਪਾਤਸ਼ਾਹ ਨੂੰ ਕਿ ਤੁਹਾਡੀ ਕੁੱਲ ਉੱਚੀ ਹੈ,
ਤੁਸੀਂ ਇੱਕ ਕਿਰਤੀ ਦੇ ਘਰ ਇੱਕ ਗਰੀਬੜੇ ਦੇ ਘਰ ਜਾ ਬੈਠੇ ਹੋ, ਤੁਸੀਂ ਬ੍ਰਹਮ ਭੋਜ ਆਉਂਦੇ ਤਾਂ ਗੱਲ ਕੁਝ ਹੋਰ ਬਣਨੀ ਸੀ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਤੇਰੀ ਕਿਰਤ ਕਮਾਈ 'ਚ ਖੋਟ ਹੈ, ਤੇਰੀ ਕਮਾਈ ਜਿਹੜੀ ਹੈ ਉਹ ਖੋਟੀ ਹੈ, ਹਜ਼ਾਰਾਂ ਗਰੀਬਾਂ ਦਾ ਲਹੂ ਦੇ ਵਿੱਚ ਸ਼ਾਮਿਲ ਹੈ ਤੇਰੀ ਦੌਲਤ ਵਿੱਚ। ਫਿਰ ਕਿਹਾ ਕਿ ਨਹੀਂ, ਅਗਰ ਤੁਹਾਨੂੰ ਨਹੀਂ ਵਿਸ਼ਵਾਸ ਤਾਂ ਲਾਲੋ ਨੂੰ ਕਿਹਾ ਕਿ ਜਾ ਘਰੋਂ ਕੋਧਰੇ ਦੀ ਰੋਟੀ ਲੈ ਆ। ਔਰ ਉਧਰੋਂ ਮਲਕ ਭਾਗੋ ਦੇ ਲੋਕਾਂ ਨੂੰ ਕਿਹਾ ਕਿ ਜਿਹੜਾ ਮਾਲਪੂੜਾ ਬਣਿਆ ਉਹ ਲਿਆਓ, ਤਾਂ ਅਸੀਂ ਜਾਣਦੇ ਹਾਂ ਕਿ ਉਸ ਸਾਖੀ ਵਿੱਚ ਕੀ ਵਾਪਰਿਆ। ਇੱਕ ਹੱਥ ਵਿੱਚ ਕੋਧਰੇ ਦੀ ਰੋਟੀ ਹੈ, ਇੱਕ ਹੱਥ ਵਿੱਚ ਮਾਲਪੂੜਾ ਹੈ, ਇੱਕ 'ਚੋਂ ਦੁੱਧ ਦੀ ਨਦੀ ਵਗ ਤੁਰੀ ਔਰ ਦੂਜੇ ਵਿੱਚੋਂ ਲਹੂ ਟਪਕਣ ਪੈ ਗਿਆ। ਤਾਂ ਉਹ ਸਿਧਾਂਤ ਜਿਹੜਾ ਇੱਕ ਪਾਸੇ ਮੁਨਾਫੇ ਵਾਲੇ ਨੇ, ਇੱਕ ਪਾਸੇ ਮਿਹਨਤਾਨੇ ਵਾਲੇ ਨੇ, ਗੁਰੂ ਨਾਨਕ ਪਾਤਸ਼ਾਹ ਨੇ ਕਿਰਤੀ ਸਿੰਘਾਂ ਦਾ ਕਿਰਤੀ ਦਾ ਕਿਰਤ ਦਾ ਪੱਖ ਪੂਰਿਆ ਔਰ ਉਹ ਜਿਹੜਾ ਮੁਨਾਫਾ ਕਮਾਉਣ ਵਾਲੇ ਲੋਕ ਨੇ ਉਸਨੂੰ। ਔਰ ਇਸ ਤਰ੍ਹਾਂ ਮੈਂ ਕਹਿ ਸਕਦਾ ਕਿ ਪਹਿਲੀ ਵਾਰ ਗੁਰੂ ਨਾਨਕ ਦੀ ਟ੍ਰੈਡੀਸ਼ਨ ਵਿੱਚ, ਗੁਰੂਆਂ ਦੀ ਟ੍ਰੈਡੀਸ਼ਨ ਵਿੱਚ ਕਿਰਤ ਦੀ ਅਹਿਮੀਅਤ ਨੂੰ ਪੂਰੇ ਖੁੱਲ੍ਹੇ ਰੂਪ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਉਸਦੀ ਵਜ਼ਾਹਤ ਕੀਤੀ ਹੈ ਔਰ ਖੁੱਲ੍ਹ ਕੇ ਖੜੋਏ ਨੇ ਇਸ ਪਾਸੇ ਜਿਹੜੇ ਲੋਕ ਕਿਰਤ ਔਰ ਕਿਰਤੀਆਂ ਵਾਲੀ ਜਿਹੜੀ ਸਾਈਡ ਹੈ। ਔਰ ਮੁਨਾਫਾਖੋਰਾਂ ਦੇ ਖਿਲਾਫ ਮੈਂ ਕਹਿ ਸਕਦਾ ਕਿ ਜਹਾਦ ਦਾ ਮੁੱਢ ਬਣਿਆ ਜਦੋਂ ਉਹਦੇ ਬ੍ਰਹਮ ਭੋਜ ਵਿੱਚ ਉਹ ਸ਼ਾਮਿਲ ਨਹੀਂ ਹੋਏ ਔਰ ਇਹ ਕਿਹਾ ਕਿ ਤੇਰੀ ਕਮਾਈ ਵਿੱਚ ਖੋਟ ਹੈ। ਮੈਂ ਇੱਥੇ ਇੱਕ ਛੋਟੀ ਜਿਹੀ ਗੱਲ ਹੋਰ ਕਰਕੇ ਫਿਰ ਅੱਗੇ ਤੁਰਾਂਗਾ ਜਾਂ ਇਹਨੂੰ ਬਾਅਦ 'ਚ ਕਰਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਮੈਨੂੰ ਬੜੇ ਸਾਰੇ ਫੁਰਮਾਨ ਮਿਲਦੇ ਨੇ ਔਰ ਉਹ ਫੁਰਮਾਨ ਇਹ ਕਹਿੰਦੇ ਨੇ ਕਿ ਧਨ ਇਕੱਠਾ ਨਹੀਂ ਹੋਣਾ ਚਾਹੀਦਾ। ਤਾਂ ਮੈਨੂੰ ਫਿਰ ਲੱਗਦਾ ਹੈ ਕਿ ਇਹ ਮੁਨਾਫਾ ਕਮਾਉਣ ਵਾਲਿਆਂ ਦੇ ਨੂੰ ਸੁਚੇਤ ਕਰਨ ਦੀ ਇੱਕ ਵੰਨਗੀ ਦੇ ਰੂਪ ਵਿੱਚ ਵੇਖਿਆ ਜਾ ਸਕਦਾ। ਥਾਂ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਧਨ ਦੇ ਇਕੱਤਰੀਕਰਨ ਨੂੰ ਜਾਂ ਧਨ ਦੇ ਸੰਗ੍ਰਹਿ ਨੂੰ ਚੰਗਾ ਨਹੀਂ ਮੰਨਦੇ ਪਏ। ਬਾਣੀ ਵਿੱਚ ਬੜੇ ਫੁਰਮਾਨ ਨੇ, ਕੁਝ ਫੁਰਮਾਨ ਤੁਹਾਨੂੰ ਸੁਣਾ ਦਿੰਦਾ। ਇਹ ਨੁਕਤਾ ਬਹੁਤ ਇੰਪੋਰਟੈਂਟ ਹੈ ਇਸ ਲਿਹਾਜ਼ ਨਾਲ, ਕਿਰਤ ਦੇ ਹਵਾਲੇ ਨਾਲ। ਇਸ ਜਰ ਕਾਰਨ ਘਣੀ ਵਿਗੁੱਤੀ, ਇਨ ਜਰ ਘਣੀ ਖੁਆਈ ਇਸ ਦੌਲਤ ਨੇ, ਇਸ ਜਰ ਕਾਰਨ ਘਣੀ ਵਿਗੁੱਤੀ, ਇਨ ਜਰ ਘਣੀ ਖੁਆਈ, ਪਾਪਾਂ ਬਾਜੋਂ ਹੋਵੇ ਨਾਹੀਂ ਮੋਇਆਂ ਸਾਥ ਨਾ ਜਾਏ।